ਹਾਂਜੀ ਮਿੱਤਰੋ, ਅੱਜ ਸਾਡੇ ਭਰਾ ਨੂੰ ਦਵਾਈ ਆ ਵਿਸ਼ਾਲ ਏਸੀ ਵਾਲੀ। ਹੈ ਰਾਜੂ, ਰਾਜੂ ਦਾ ਬਈ ਪਿੰਡ ਕਿਹੜਾ ਤੇਰਾ ਪਹਿਲਾਂ ਮੈਨੂੰ ਐਂ ਦੱਸ। ਜੀਂਦ ਦੇ ਲਵੇ ਬਕਲਾਣਾ ਪਿੰਡ ਹੈ, ਇਹਦਾ ਗਾਓ ਹੈ, ਠੀਕ ਹੈ। ਉੱਥੇ ਇਹ ਜਾ ਰਹੀ ਹੈ ਏਸੀ ਵਾਲੀ ਕੰਬਾਈਨ, ਏਸੀ ਵਾਲਾ 4x4 ਇਹ ਹਿੱਸਾ ਦੂਜਾ ਲੱਗਾ 4x4 ਫਿੱਟ ਕਰਿਆ ਹੋਇਆ। ਅੱਛਾ 4x4 ਫਿੱਟ ਕਰਿਆ ਹੋਇਆ, ਸੇਮ ਵਾਲਾ ਏਰੀਆ ਕਿ ਕਿਵੇਂ ਹੈ? ਥੋੜ੍ਹਾ ਸੇਮ ਵਾਲਾ ਏਰੀਆ ਆ ਜਾ, ਦੇ ਫਿਰ ਇੰਟਰੋਡਕਸ਼ਨ। ਆਹ ਕਰੀ ਜਾਂਦੇ ਨੇ ਮੁੰਡੇ ਸਾਫ ਸਫਾਈ, ਇਹਨੂੰ ਛੇੜ ਛੇੜਦਾ। ਆਉਣ ਵਾਲਾ ਟ੍ਰੈਂਡ ਆ ਜਿਹੜਾ ਮੈਨੂੰ ਲੱਗਦਾ ਹੈ, ਕਾਰਾਂ ਵਾਂਗੂ ਇਹਦਾ ਵੱਧ ਗਿਆ ਏਸੀ ਦਾ, ਹੈ ਨਾ। ਉਹ ਆ ਗਿਆ ਪਿੰਦਰਾ ਵੀ, ਆਹ ਦੇਖੋ 4x4 ਫਿੱਟ ਕਰਿਆ ਪਿਆ। ਜੇ ਕਿਸੇ ਮੇਰੇ ਵੀਰ ਨੇ ਲੈਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰਕੇ ਬੁੱਕ ਕਰ ਸਕਦਾ ਹੈ, ਸੰਪਰਕ ਨੰਬਰ ਵੀ ਪਾਵਾਂਗੇ। ਆਹ ਦੇਖੋ ਕਿੱਦਾਂ ਖੜੀਆਂ ਨੇ ਰਾਣੀ ਸੁੰਦਰਾ, ਪੈਂਦੀ ਆ ਲੁੱਕ ਦੀ ਸਰਕਾਰ। ਆਹ ਦੇਖੋ ਉਹ ਕਿਉਂ ਵੀ ਮੁੰਡਿਆ ਕਰੀ ਜਾਂਦੇ ਸਾਫ ਸਫਾਈ, ਹੋ ਗਏ ਜੀ 4x4 ਕਹਿੰਦਾ ਹੈ ਪੈਂਦਾ ਐਮ ਆਰਫ ਦੇ ਟਾਇਰ। ਦਿਖਾਉਣੇ ਆ ਤੁਹਾਨੂੰ, ਆਹ ਕਰੀ ਬਾਈ, ਆਹ ਫੜਾਈ ਫੋਨ 'ਚ, ਫੜਾਈ ਵਿਦਰੇ, ਆਹ ਫੋਨ ਚੱਕੀ ਬਾਈ, ਅੰਦਰੋਂ ਉੱਪਰੋਂ ਦਿਖਾਉਣੇ ਲਾ ਵੀ ਏਸੀ ਤੁਹਾਨੂੰ। ਕਿਉਂ ਜੀ ਕੀ ਕਰੀ ਜਾਂਦਾ ਸੈੱਟ ਤੁਸੀਂ, ਕਿਹਦਾ ਲਾਈਆਂ ਨੇ ਕਿਤੇ ਹੈਗਾ? ਅੱਛਾ ਟਾਇਟ ਕਰਦੇ ਹੋ, ਚੈੱਕ ਕਰਦੇ ਹੋ ਸਾਰੀ ਮਸ਼ੀਨ, ਠੀਕ ਹੈ ਫਿਰ, ਜ਼ਰੂਰੀ ਵੀ ਆ ਇਹ ਗੱਲ। ਅੱਛਾ 4x4 ਫਿੱਟ ਕਰਕੇ ਦੇਤਾ ਹੈ ਜੀ, ਆ ਬਸ ਵੀ ਆਏ ਆ ਵੀ ਹੁਣ ਆਪਾਂ ਚਲਾਉਣੀ ਆ ਫਿਰ, ਆਪਾਂ ਨੂੰ ਲਾਲਾ ਵੀ ਗੀਰੀ ਚੌਥੇ, ਹਾਂ ਵੀ ਐਤਕੀ ਨਾ ਨਾ ਹੋਣਾ ਵੀ ਚਾਹੀਦਾ ਜੀ। ਲੈ ਵੀ ਕਦੋਂ ਕੁ ਕਰ ਦੋਗੇ ਸਫਾਈ, ਸਟਾਰਟ ਕਰਕੇ ਦੇਖੀਏ ਫਿਰ ਹੈ ਜਾਣਾ। ਕਿੰਨੇ ਕੁ ਟਾਈਮ 'ਚ ਹੋ ਜੂਗੀ ਸਫਾਈ? ਅੱਧਾ ਘੰਟਾ ਲਾਓਗੇ, ਮੈਡਮ ਮੈਟਿੰਗ ਕਰਕੇ ਦਿੰਦੇ ਹੁੰਦੇ ਹੈ। ਅੱਛਾ ਜੀ ਮੈਟਿੰਗ ਮੂਟਿੰਗ ਕਿੰਨੇ ਨੇ ਬਲੌਰ ਜੀ ਇਹਦੇ? ਚਾਰ ਬਲੌਰ, ਅੱਠ ਨੇ ਬਲੌਰ ਜੇ, ਕਹਿੰਦਾ ਚਾਰੇ ਪਾਸੇ ਇੱਧਰ ਹੋ ਗਏ। ਅੱਛਾ ਅੱਠ ਬਲੌਰ ਨੇ, ਇੱਕ ਪੱਖੀ ਦੇ ਰੱਖੀ ਹੈ ਤੇ ਡੈੱਕ, ਉਹ ਕੈਮਰਾ ਕਿ ਡੈੱਕ ਵੀ ਹੈ ਇਹ? ਅੱਛਾ ਡੈੱਕ ਉੱਧਰ, ਕੈਮਰਾ ਆ ਸੀ ਹੈ ਨਾ ਅੱਗੇ, LCD ਕੈਮਰਾ ਹੀ ਹੈ। ਅੱਛਾ ਪੂਛ ਤੇ ਲੱਗਿਆ ਕੈਮਰਾ, ਇੱਕ ਇੰਜਣ ਲਵੇ ਲੱਗਿਆ ਹੈ ਜੀ, ਇੰਜਣ ਦੇ ਪੂਛ ਤੇ ਕੈਮਰਾ ਹੋ ਗਿਆ ਹੈ। ਇੱਧਰ ਆ ਕਰੀ ਜਾਂਦਾ ਤੁਸੀਂ ਇਹਦਾ, ਹੈ ਨਾ ਸਿਆਣੀ ਹੈ ਗੱਲ, ਫਿਰ ਕਰਦਾ ਪੈ ਗਿਆ ਫਿਰ ਕਾਹਦੀ ਗੱਲ ਹੈ, ਆਹ ਚੀਜ਼ ਓਕੇ ਲਾ ਦਾਂਗੇ ਨਾ ਕੋਕੇ ਹੈ। ਉਹ ਲਾਉਣੀ ਪਊ ਨਾ ਸੀਟ ਜੀ, ਇੱਧਰ ਕੰਡਕਟਰ ਸੀਟ ਹੈਗੀ ਹੈ ਕਿਸੇ ਪਾਸੇ, ਉਦੋਂ ਫਿਰ ਕਹਿੰਦਾ ਗੌਰ ਰੱਖੇ ਹੈ ਕਿਤੇ ਸੌ ਜੇ ਕੰਡਕਟਰ ਅੰਦਰ। ਅੱਛਾ ਜੀ ਲੈ ਭਰਾ ਮੇਰੇ, ਉਹ ਕੈਮਰੇ ਕਹਿੰਦਾ ਦੋ ਨੇ, ਇੱਕ ਹੈਗਾ ਇੰਜਣ ਤੇ ਇੱਕ ਹੈਗਾ ਪੂਛ ਤੇ, ਠੀਕ ਹੈ। ਜੇ ਮੇਰੇ ਕਿਸੇ ਭਰਾ ਨੇ ਲੈਣੀ ਹੋਵੇ ਵਿਸ਼ਾਲ ਆ ਇੱਥੇ, ਇਹਦੇ ਬਲੌਰ ਜੇ ਨੇ, ਅਤੇ ਤੁਸੀਂ ਚੈੱਕ ਕਰ ਸਕਦੇ ਹੋ। ਵੀਡੀਓ ਲਾਈਕ ਕਰ ਦਿਉ, ਸ਼ੇਅਰ ਕਰ ਦਿਉ ਅਤੇ ਕਮੈਂਟ ਕਰ ਦਿਉ ਸੋਹਣੇ ਸੋਹਣੇ, ਤੁਹਾਡੇ ਚਮਕੌਰ ਸਿੰਘ ਕਮੈਂਟ ਸਟੋਰ ਵਾਲੇ ਪੇਜ ਨੂੰ ਫੋਲੋ ਕਰ ਲਓ।
ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਓਕੇ ਜੀ।